सब कुछ ही ठीक से कर, एक गल जिहड़ी है सानू ध्यान देना पैणा वीरो भैणो, उत्थे गाला ना कड्डो। तुसीं रोस दिखाउणा, बीड रस दिखाउणा, इमोशन दिखाउणा दिखाओ। मूहों मां भैण दीआं गाला कड्डणियां, ये जिहड़े कोई कहिंदा नहीं साडे च गुस्सा आ, गुस्सा रखो, बीड रस दे विच उहनूं बदलो। बीड रस दे विच गुरमुख कदी नहीं इह शब्दावली मूहों वरत सकदा। जदों एक वारी कोई अमृतधारी दे मूहों इहो जिहियां गाला निकल गईआं उत्थे, वो सारा नैरेटिव फे उस पिन करते हैं, उस गल का माड़ा लगता करके उस सिखी ते अटैक फे होंदा। क्या देखो, खालिस्तान की गल नहीं करती, खालिस्तान साडा हक है। साडे पंथ ने उस शब्द को 1986 मानता दिती है, उस चो सानू भजन की लोड़ नहीं हैगी। गालां का हक किसी ने नहीं दिता, ना साडे गुरु ग्रंथ ने, ना गुरु पंथ ने। उत्थे शर्मिंदगी जरूर आती है, ये गल का जरूर ध्यान देना। साडे सारिआं दे इक ख्याल दे विच होना चाहिए है कि किते ना किते कोई ना कोई लैवल ते डिसिप्लिन जरूर होना चाहिए। पर खालिस्तान की गल दे विच इत्थों असी एक इंच भी पिछे होके नहीं गल करनी। असी जदों ये कहिंदे आ कि साडे सारे मसलियां दा हल जिहड़ा है वह आजादी है, आजादी तो शुरू हो गए। असी अपनी बोली जिहड़ी है, अपनी धरती जिहड़ी है, अपना धर्म जिहड़ा है वह असल रूप दे विच कमाउण की कोशिश कर सकते हैं। इस देश दे विच असी वह असल रूप भी नहीं देखिया कभी। सानू ये भी नहीं पता कि अकाली फूला सिंह होनी कि डे टू डे जीते होने। फिरंगी के एनकाउंटर तो बाद जिस दिन उत्थे ब्रिटिश ने पैर पाया, सानू ये भी नहीं पता कि साड़ी सिक्खी कहो जी सी। उहदी बदलाव जिहड़ी होंदी रही सिंह सभा लहर दे विचों, एस जी पी सी दे विचों, जिन्नियां वखरियां मर्यादा बन गईयां उहनां दे विचों बहुत कुछ बदलिया है। जदों असीं कहिंदे आं कि असीं आप अपना जिहड़ा सब कुछ अपने हत्थां दे विच लैणा है, मिसलां दे समें दे विच ये गल्लां बहुत वड्डियां सीगियां, अज भी असीं मिसलां ही हां। जथेबंद होण दी जिहड़ी गल आ बहुत वड्डी आ साडे लई। मैं एक बेनती करके इत्थों तुहाडे तों खिमा दा जा चुकिआ। 2015 दे विच मैनूं एक मौका मिलिआ सी, इत्थे दे वीरां ने कईआं ने प्रेरिआ सीगा, एक मुलाकात मेरी होई सी भाई जगतार सिंह तारे दे नाल। ਜਦੋਂ ਉਹ ਬੈਂਕਾਕ ਜੇਲ੍ਹ ਦੇ ਵਿੱਚ ਉੱਥੇ ਸੀਗੇ ਅਤੇ ਉਹਨਾਂ ਨੂੰ ਉਦੋਂ ਐਕਸਟਰਾਡਾਈਟ ਕਰਕੇ ਇੰਡੀਆ ਲਿਜਾਣਾ ਸੀ, ਕੁਝ ਘੰਟੇ ਉਹਨਾਂ ਦੀ ਐਕਸਟਰਾਡੀਸ਼ਨ ਤੋਂ ਪਹਿਲਾਂ ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਉਸ ਇੱਕ 15-20 ਮਿੰਟ ਦੀ ਮੁਲਾਕਾਤ ਦੇ ਵਿੱਚ ਅੱਜ ਤੱਕ ਮੈਂ ਇੱਕ ਇਹ ਸੋਚਦਾ ਰਹਿੰਦਾ ਹਾਂ ਕਿ ਕਈ ਜਿਹੜੀਆਂ ਚੀਜ਼ਾਂ ਮੈਂ ਸੋਚੀਆਂ ਸੀਗੀਆਂ ਮੈਨੂੰ ਰੀਪੀਟ ਕਰਕੇ ਉਹ ਮੁੜ ਕੇ ਸੋਚਣੀਆਂ ਪਈਆਂ। ਕਿ ਇੱਕ ਜੁਝਾਰੂ ਨੂੰ ਮੈਂ ਮਿਲਣ ਗਿਆ ਸੀਗਾ ਅਤੇ ਮੈਨੂੰ ਸੀਗਾ ਕਿ ਮੈਂ ਆਜ਼ਾਦ ਹਾਂ, ਉਹਦੀ ਆਜ਼ਾਦੀ ਖੋਹੀ ਗਈ ਹੈ। ਅਤੇ ਜਦੋਂ ਮੈਨੂੰ ਪੇਸ਼ ਕਰਨਾ ਸੀਗਾ ਮੈਂ ਉੱਥੇ ਵੇਟ ਕਰ ਰਿਹਾ ਸੀ, ਅਤੇ ਜਦੋਂ ਉਹ ਆਏ ਉਹਨਾਂ ਦੇ ਜਿਹੜੇ ਸੰਗਲ ਪਾਏ ਸੀਗੇ, ਗਲ 'ਚ ਸੰਗਲ ਸੀਗਾ, ਬਾਹਾਂ ਉਹ ਜਿਹੜੇ ਸੰਗਲ ਲੱਗੇ ਸੀਗੇ, ਉਹ ਸੰਗਲ ਜਿਹੜੇ ਜਾ ਕੇ ਪੈਰਾਂ ਨੂੰ ਲੱਗੇ ਸੀਗੇ, ਹੌਲੀ ਹੌਲੀ ਖਿਸਕ ਖਿਸਕ ਕੇ ਉਹ ਆ ਰਹੇ ਸੀ। ਪਰ ਉਹਨਾਂ ਦੇ ਚਿਹਰੇ ਦੇ ਉੱਤੇ ਇੰਨੀ ਵੱਡੀ ਮੁਸਕਰਾਹਟ ਸੀਗੀ ਦੇਖ ਕੇ, ਹੱਥ ਜੋੜੇ ਸੀਗੇ, ਅਸੀਂ ਵੀ ਜੋੜ ਲਏ। ਜਦੋਂ ਬੈਠੇ ਥੋੜ੍ਹੀਆਂ ਗੱਲਾਂ ਹੋਈਆਂ, ਉਸ ਗੱਲ 'ਚੋਂ ਸਿਰਫ ਦੋ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਪਹਿਲੀ ਇਹ, ਉਸ ਮੁਲਾਕਾਤ ਦੇ ਵਿੱਚ ਅੱਜ ਤੱਕ ਮੈਨੂੰ ਇਹ ਨਹੀਂ ਪਤਾ ਕਿ ਆਜ਼ਾਦ ਮੈਂ ਹਾਂ ਜਾਂ ਇਹੋ ਜਿਹੇ ਵੀਰ ਉਹ ਨੇ। ਸਰੀਰਕ ਤੌਰ 'ਤੇ ਅਸੀਂ ਇੱਥੇ ਤੁਰੇ ਫਿਰਦੇ ਹਾਂ, ਪਰ ਮਾਨਸਿਕ ਤੌਰ 'ਤੇ ਮੈਨੂੰ ਇਹ ਨਹੀਂ ਪਤਾ ਕਿ ਮੈਂ ਆਜ਼ਾਦ ਹੈਗਾ ਜਾਂ ਨਹੀਂ ਹੈਗਾ, ਮੇਰੀ ਸੋਚ ਜਿਹੜੀ ਆ ਉਹ ਕਿੰਨੀ ਕੁ ਲਿਮਿਟਡ ਹੋਊਗੀ। ਉਹਨਾਂ ਨੂੰ ਮੈਂ ਇੱਕ ਸਵਾਲ ਪੁੱਛਿਆ ਕਿ ਕੋਈ ਡਰ ਪਿੱਛੇ ਭੇਜ ਰਹੇ ਆ, ਲੇਕਿਨ ਤੁਹਾਨੂੰ ਕੋਈ ਡਰ ਤਾਂ ਨਹੀਂ ਹੈਗਾ, ਨਹੀਂ ਵੀ ਕੋਈ ਬਹੁਤ ਨਾਈਵ ਜਿਹਾ ਸਵਾਲ ਆ। ਅਤੇ ਉਹਨਾਂ ਨੇ ਹੱਸਦਿਆਂ ਇਹੀ ਕਿਹਾ ਕਿ ਹੁਣ ਅੱਗੇ ਕੀ ਕਰ ਲਉਗੇ, ਕਿ 18-20 ਸਾਲਾਂ ਦੇ ਘਰੋਂ ਬਾਹਰ ਆ, 10-12 ਸਾਲ ਜੇਲ੍ਹ ਕੱਢ ਲਈ, ਪਰਿਵਾਰ ਸਾਰਾ ਆ ਉਹਦੇ ਵਿੱਚ ਸਾਰਾ ਕੁਛ ਵਿਛੜਿਆ ਆ, 10-12 ਸਾਲ ਹੁਣ ਬਾਹਰ ਲਾ ਲਿਆ ਪੰਥ ਦੀ ਸੇਵਾ ਦੇ ਵਿੱਚ, ਹੁਣ ਮੁੜ ਕੇ ਉੱਥੇ ਚੱਲ ਜਾਊਂਗੇ, ਕੀ ਕਰ ਲਉਗੇ ਹੁਣ ਜੋ ਨਹੀਂ ਕੀਤਾ ਪਹਿਲਾਂ। ਉਹਦੇ ਵਿੱਚ ਜਿਹੜੀ ਇੱਕ ਆਜ਼ਾਦ ਸੋਚ ਦੀ ਗੱਲ ਆ ਉਹ ਬੜੀ ਜ਼ਰੂਰੀ ਹੈ, ਕਿ ਸਿਰਫ ਸਰੀਰ ਆਜ਼ਾਦ ਨਹੀਂ ਹੁੰਦੇ, ਇਹ ਜਿਹੜੀ ਮਾਨਸਿਕ ਤੌਰ 'ਤੇ ਕਿਹੜੀ ਚੀਜ਼ ਦਾ ਸਾਨੂੰ ਡਰ ਆ ਜਿਹੜੀ ਸਾਨੂੰ ਲਿਮਿਟ ਕਰਦੀ ਹੈ, ਸਾਡੇ ਬੋਲਾਂ ਨੂੰ ਲਿਮਿਟ ਕਰਦੀ ਹੈ, ਸਾਡੇ ਐਕਸ਼ਨ ਨੂੰ ਲਿਮਿਟ ਕਰਦੀ ਹੈ, ਉਹਨੂੰ ਪਛਾਣਨਾ ਅਤੇ ਉਹਨੂੰ ਮਗਰੋਂ ਉਹ ਜਿਹੜੀ ਕਮਜ਼ੋਰੀ ਆ ਉਹਤੇ ਕੰਮ ਕਰਨਾ ਅਤੇ ਉਹਨੂੰ ਐਲੀਮੀਨੇਟ ਕਰਨਾ। ਇਹ ਲਗਾਤਾਰ ਅੰਦਰੂਨੀ ਸੰਘਰਸ਼ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਚੱਲਦਾ ਹੈ, ਉਹ ਸਾਡਾ ਲਗਾਤਾਰ ਚੱਲਣਾ ਚਾਹੀਦਾ। ਦੂਜੀ ਗੱਲ ਉਸ ਮੁਲਾਕਾਤ ਦੇ ਵਿੱਚੋਂ ਅਤੇ ਅਖੀਰਲੀ ਗੱਲ,
ਉਹਨਾਂ ਨੇ ਇੱਕ ਮੈਂ ਪੁੱਛਿਆ ਸੀ ਕਿ ਬਾਹਰਲੇ ਸੰਗਤ ਲਈ ਨੌਜਵਾਨਾਂ ਲਈ ਕੋਈ ਬੇਨਤੀ ਜਾਂ ਕੋਈ ਸੁਨੇਹਾ ਤੁਸੀਂ ਦੇਣਾ ਚਾਹੁੰਦੇ ਹੋ? ਮੈਂ ਜਿੰਨੀ ਕੋਸ਼ਿਸ਼ ਕਰੂੰਗਾ ਕਿ ਉਹ ਬਾਹਰ ਪਹੁੰਚਾ ਸਕਦਾ। ਤੇ ਉਹਨਾਂ ਨੇ ਇੱਕ ਬੇਨਤੀ ਦਿੱਤੀ ਸੀਗੀ ਜਿਹੜੀ ਅੱਜ ਵੀ ਲਾਗੂ ਆ, ਸਦਾ ਲਈ ਹੋ ਸਕਦਾ ਲਾਗੂ ਰਹੂਗੀ। ਉਹਨਾਂ ਨੇ ਗੱਲ ਕਹੀ ਸੀਗੀ ਕਿ ਜਿੰਨੇ ਵੀ ਸਾਡੇ ਵੀਰ ਭੈਣ ਪੰਥ ਲਈ ਸੇਵਾ ਕਰ ਰਹੇ, ਕਹਿੰਦੇ ਮੈਂ